ਸਾਡਾ ਸਾਰਾ ਸਮਾਨ ਟੁੱਟ ਗਿਆ। 15 ਦਿਨ ਹੋਏ ਨਾਲੇ ਤਾਂ ਕੂਲਰ ਮੇਰੇ 13,500 ਦਾ ਕੂਲਰ ਲਿਆਂਦਾ, ਉਹ ਤਾਂ ਨਜ਼ਰ ਹੀ ਨਹੀਂ ਆਉਂਦਾ ਪਿਆ ਕੂਲਰ ਥੱਲੇ। ਪਹਿਲਾਂ ਉਹ ਤੋਂ ਪਹਿਲਾਂ ਵਾਸ਼ਿੰਗ ਮਸ਼ੀਨ ਲਿੱਤੀ ਸੀ 17,500 ਦੀ, ਸਮਾਨ ਖਾਣ ਪੀਣ ਵਾਲਾ ਸਾਰਾ ਹੀ ਟੁੱਟ ਗਿਆ। ਇਹ ਤਾਂ ਅੰਦਰੋਂ ਕੱਢਿਆ ਸਮਾਨ ਖਾਣਾ ਬਣਾਉਣ ਵਾਸਤੇ। ਮੈਂ ਸੁਬਾਹ ਵੀਰੇ ਸਵੇਰ ਬਾਰਿਸ਼ ਸ਼ੁਰੂ ਹੋਈ ਸੀ ਨਾ, ਅਸੀਂ ਉੱਠ ਕੇ ਅੰਦਰ ਗਏ ਆ। ਮੇਰੇ ਕਾਕੂ ਸੀ, ਮੇਰੇ ਹਸਬੈਂਡ ਪਹਿਲਾਂ ਹੀ ਚਲੇ ਗਏ ਸੀ ਤੇ ਮੈਂ ਤੇ ਮੇਰੇ ਕਾਕੂ ਉੱਠ ਕੇ ਅੰਦਰ ਗਿਆ। ਮੈਂ ਅੰਦਰ ਥੋੜ੍ਹੀ ਦੇਰ ਲੇਟ ਗਈ, ਮੈਂ ਕਿਹਾ ਚੱਲ ਉੱਠ ਜਾਂਦੀ ਚਾਏ ਚੂਈ ਬਣਾ ਲੈਂਦੇ ਹਾਂ। ਇਹ ਕਹਿੰਦੇ ਚਾਏ ਬਣਾ ਲਓ ਤੇ ਮੈਂ ਉੱਠਣ ਦੀ ਸੋਚਦੀ ਪਈ ਸੀ, ਬਸ ਉੱਠ ਮੰਜੀ ਤੋਂ ਪੈਰ ਹੀ ਰੱਖਿਆ ਥੱਲੇ ਤੇ ਇੱਕਦਮ ਨਾਲ ਛੱਤ ਡਿੱਗ ਗਈ। 12 ਦੀ ਕੋਸ਼ਿਸ਼ ਕਰਦੀ ਪਈ ਸੀ ਮੈਂ ਚੱਲ ਚਾਹ ਬਣਾ ਲਾ, ਛੱਤ ਡਿੱਗ ਗਈ ਇੱਕਦਮ ਨਾਲ। ਸਾਡਾ ਸਾਰਾ ਸਮਾਨ ਟੁੱਟ ਗਿਆ। 15 ਦਿਨ ਹੋਏ ਨਾਲੇ ਤਾਂ ਕੂਲਰ ਮੈਂ 13,500 ਦਾ ਕੂਲਰ ਲਿਆਂਦਾ, ਉਹ ਤਾਂ ਨਜ਼ਰ ਹੀ ਨਹੀਂ ਆਉਂਦਾ ਪਿਆ ਕੂਲਰ ਥੱਲੇ। ਪਹਿਲਾਂ ਉਹ ਤੋਂ ਪਹਿਲਾਂ ਵਾਸ਼ਿੰਗ ਮਸ਼ੀਨ ਲਿੱਤੀ ਸੀ 17,500 ਦੀ, ਸਮਾਨ ਖਾਣ ਪੀਣ ਵਾਲਾ ਸਾਰਾ ਹੀ ਟੁੱਟ ਗਿਆ। ਇਹ ਤਾਂ ਅੰਦਰੋਂ ਕੱਢਿਆ ਸਮਾਨ ਖਾਣਾ ਬਣਾਉਣ ਵਾਸਤੇ। ਮੈਂ ਅਸੀਂ ਵੀ ਅੰਦਰ ਵਾਲੇ ਕਮਰੇ 'ਚ ਹੈਗੇ ਸੀ ਸਾਰੇ, ਬਸ ਉੱਠ ਕੇ ਅੰਦਰ ਹੀ ਗਏ, 10-15 ਮਿੰਟ ਹੀ ਹੋਏ ਨੇ ਸਾਨੂੰ। ਅਚਾਨਕ ਇੱਕਦਮ ਹੀ ਸਾਰੀ ਇਕੱਠੀ ਡਿੱਗੀ? ਹਾਂਜੀ ਵੀਰ ਜੀ, ਸਾਰੀ ਇਕੱਠੀ ਡਿੱਗੀ ਹੈ। ਤੇ ਮੈਂ ਉੱਠ ਕੇ ਜਿਵੇਂ ਖੜਕਾ ਆਇਆ ਵੀਰੇ, ਸਾਰਾ ਉੱਠ ਕੇ ਭੱਜੀਆਂ ਨਾ ਮੈਂ, ਤੇ ਕਹਿੰਦਾ ਉੱਠ ਕੇ ਭੱਜ ਨਾ, ਕੋਈ ਮੈਂ ਚੌਕ ਜੀ ਗਈ ਇਹਨੂੰ ਪਤਾ ਨਹੀਂ ਕੀ ਹੋ ਗਿਆ। ਤੇ ਇੱਕਦਮ ਨਾਲ ਸਾਡੀ ਗਲੀ ਵਾਲੇ ਸਾਰੇ ਜਾਗਦੇ ਹੋਏ ਸੀ ਵਿਚਾਰੇ, ਸਾਰੇ ਇਕੱਠੇ ਹੋ ਗਏ। ਉਹਨਾਂ ਨੇ ਗੇਟ ਖੜਕਾਇਆ, ਉਹ ਕਹਿੰਦਾ ਆਵਾਜ਼ ਨਹੀਂ ਆਉਂਦੀ ਪਈ, ਮੇਰੇ ਤਾਂ ਆਵਾਜ਼ ਹੀ ਨਹੀਂ ਨਿਕਲੀ ਇੱਕਦਮ ਨਾਲ ਵੀਰ ਜੀ। ਉਹਨਾਂ ਸਾਰੇ ਇਕੱਠੇ ਹੋ ਕੇ ਆਏ ਨੇ, ਫਿਰ ਕਹਿੰਦੇ ਨੇ ਬਈ ਉਹ ਸਮਝੇ ਕੁਛ ਹੋ ਗਿਆ, ਉਹ ਹੈਗਾ ਕੋ ਨਹੀਂ ਕੋਈ, ਸਾਰੇ ਨੇ ਸੋਚਿਆ ਵੀ ਹੈਗੀ ਕੋ ਨਹੀਂ। ਫਿਰ ਅਸੀਂ ਮੈਂ ਕਿਹਾ ਵੀਰ ਜੀ ਅਸੀਂ ਖੋਲਨੇ ਆ ਗੇਟ, ਉਹਨਾਂ ਨੂੰ ਥੋੜਾ ਹੌਸਲਾ ਹੋ ਗਿਆ। ਇਹ ਵੀਰ ਜੀ ਮੇਰੀ ਸੱਸ ਦਾ ਮਕਾਨ ਹੈ, ਸਾਨੂੰ ਤਾਂ ਕਾਫੀ ਸਾਲ ਹੋ ਗਿਆ, ਡਾਂਟ ਸੀ ਵੀਰ ਜੀ। ਵੀਰੇ ਪਤਾ ਨਾਲ ਅਸੀਂ ਪਾਣੀ ਤਾਂ ਰੁਕਦਾ ਨਹੀਂ ਸੀ ਬਿਲਕੁਲ ਹੀ ਵੀਰੇ, ਕੁਛ ਨਹੀਂ ਪਤਾ ਸਾਨੂੰ ਤਾਂ, ਮਾਲਕ ਨੂੰ ਪਤਾ ਸਾਰਾ ਸਮਾਨ ਹੀ ਵੀਰ ਜੀ। ਸੁਬਾਹ ਵੀਰੇ ਆਏ ਸੀ ਹਲੇ ਤਾਂ, ਉਸ ਤੋਂ ਬਾਅਦ ਤਾਂ ਕੁਛ ਨਹੀਂ, ਸਾਡੀ ਸੁਣਵਾਈ ਕੁਛ ਨਹੀਂ ਹੋਈ ਸਾਡੀ। ਅਸੀਂ ਜਗਦੀਸ਼ ਚੱਕੇ ਵਾਲੇ ਨੂੰ ਸਵੇਰਾ ਕਹਿ ਕੇ ਆਏ ਸੀ, ਉਹ ਆਏ ਨੇ, ਉਹ ਕਹਿੰਦੇ ਉੱਥੇ DC ਦਫ਼ਤਰ ਪੇਸ਼ ਹੋਏ ਜੇ, ਉੱਥੇ ਫੋਨ ਕਰ ਦਿਆ ਜੇ। ਉਸ ਤੋਂ ਬਾਅਦ ਵੀਰੇ ਕੋਈ ਨਹੀਂ ਆਇਆ ਹਲੇ, ਮੀਡੀਆ ਲੈ ਆਏ ਸੀ ਜਿਵੇਂ ਤੁਸੀਂ ਆਏ ਹੋ, ਬਾਕੀ ਹੋਰ ਕੋਈ ਨਹੀਂ, ਪ੍ਰਸ਼ਾਸਨ ਨਹੀਂ ਆਇਆ, ਕੋਈ ਵੀ ਨਹੀਂ ਆਇਆ ਵੀਰੇ। ਵੀਰੇ ਸਮਾਨ ਸਾਰਾ ਸਾਡੀ ਛੱਤ ਛੁੱਤ ਬਣ ਜੇ, ਸਮਾਨ ਸਾਡਾ ਨੁਕਸਾਨ ਤੁਹਾਡੇ ਅੱਗੇ ਹੈ, ਤੁਸੀਂ ਵੇਖ ਸਕਦੇ ਹੋ। ਠੀਕ ਇਹ ਸਰ, ਜਦੋਂ ਬਾਰਿਸ਼ ਪੈ ਜਾਵੇ ਜੀ ਇੱਥੇ ਉਦੋਂ ਹੀ ਏਦਾਂ ਪਾਣੀ ਖੜਾ ਹੋ ਜਾਂਦਾ ਜੀ? ਇਹ ਸਾਨੂੰ ਤਾਂ ਜੀ 3 ਹੋ ਗਏ ਇੱਥੇ ਆਏ ਨੂੰ, ਅਤੇ ਉਦੋਂ ਹੀ ਇਹੀ ਮੁਸੀਬਤ ਦੇਖ ਰਹੇ ਹਾਂ ਅਸੀਂ ਤਾਂ, ਇਹ ਬਿਲਕੁਲ ਬਾਰਿਸ਼ ਦਾ ਪਾਣੀ ਹੈ ਜੀ। ਮੀਂਹ ਸੁਬਹਾ 4 ਆਇਆ ਜੀ, 4:30, ਉਦੋਂ ਦਾ ਹੀ ਪਾਣੀ ਖੜਾ, ਹੁਣ ਸ਼ਾਮ ਅਤੇ ਰਾਤ ਨੂੰ ਨਿਕਲੇ ਜੀ। ਇਹ 4 ਤੋਂ ਲੈ ਕੇ ਹੁਣ 2:00, 12 ਘੰਟੇ ਦੇ ਕਰੀਬ 10 ਘੰਟੇ ਹੋ ਗਏ ਜੀ। ਆਉਣ ਵਾਲੇ ਦੇਖ ਰਹੇ ਹੋ, ਸਕੂਲੋਂ ਛੁੱਟੀ ਹੋਈ ਹੈ ਜੀ, ਬੱਚੇ ਸਾਰੇ ਪਾਣੀ 'ਚੋਂ ਜਾ ਰਹੇ ਨੇ, ਵਹੀਕਲ ਨੇ ਕੋਈ ਵੀ ਹੈ ਪਾਣੀ 'ਚੋਂ ਲੰਘ ਰਹੇ ਨੇ ਸਾਰੇ ਜੀ। ਬਿਲਕੁਲ ਪਰੇਸ਼ਾਨੀ ਹੈ ਜੀ, ਸਾਰੇ ਦੁਕਾਨਦਾਰ ਅੱਧਿਆਂ ਕੋਲੋਂ ਵਿਹਲੇ ਬੈਠੇ ਨੇ ਜੀ, ਗਾਹਕ ਹੈ ਨਹੀਂ ਦੁਕਾਨਾਂ ਦੇ। ਅਸੀਂ ਸਰ ਆਪ ਹੁਣੇ ਆਏ ਸੀਗੇ, ਦੇਖਣ ਹੀ ਆਏ ਸੀ, ਸਕੂਲ ਚ ਮੈਂ ਟੀਚਰ ਹੈਗੀ ਹਾਂ, ਤੇ ਸਾਡੇ ਕੋਲ ਸਕੂਲ ਸਮਾਜ ਸੇਵਕਾ ਦੇ ਰੂਪ ਵਿੱਚ ਕੰਮ ਕਰਦੇ ਨੇ, ਤੇ ਸਫਾਈ ਕਰਦੇ ਨੇ ਮਤਲਬ, ਤੇ ਅਸੀਂ ਉਹਨਾਂ ਨੂੰ ਦੇਖਣ ਹੀ ਆਏ ਸੀ, ਸਾਡੇ ਤਾਂ ਹੁਣ ਸਵੇਰੇ ਸਾਨੂੰ ਪਤਾ ਚੱਲਿਆ ਅਸੀਂ ਉਵੇਂ ਦੇਖਣ ਆਏ ਹਾਂ। ਸਰ ਨੁਕਸਾਨ ਤਾਂ ਬਹੁਤ ਹੋਇਆ ਹੋਇਆ, ਤਾਂ ਕਿ ਸਾਰੀਆਂ ਚੀਜ਼ਾਂ ਇਹਨਾਂ ਦੇ ਥੱਲੇ ਆ ਗਈਆਂ। ਸਰ ਇਹ ਤਾਂ ਬਹੁਤ ਵੱਡਾ ਹਾਦਸਾ ਸੀ ਵੀ ਉਹਨਾਂ ਦੀ ਜਾਨ ਬਚ ਗਈ ਸਾਰਿਆਂ ਦੀ, ਸਾਰਾ ਤਕਰੀਬਨ ਉਹਨਾਂ ਦਾ ਘਰ ਦਾ ਸਮਾਨ ਸਾਰਾ ਟੁੱਟ ਨੀਚੇ ਆ ਗਿਆ। ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹਨਾਂ ਦੀ ਹੈਲਪ ਕਰੇ, ਅਸੀਂ ਵੀ ਸਕੂਲ ਚ ਜਿੰਨੀ ਹੋ ਸਕੇ ਹੈਲਪ ਕਰਾਂਗੇ, ਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਉਹਨਾਂ ਦੀ ਹੈਲਪ ਕਰੇ। ਕਿਨਾਂ ਜੀ ਆਪਣਾ? ਸੁਮਨ ਲੱਤਾ। ਆਹੋ ਕਿ 5-6 ਕੁ ਸਾਲ। ਅੱਛਾ ਜੀ, ਇਹ ਕਿ ਡਿੱਗਿਆ ਕਿਵੇਂ, ਕਿਵੇਂ ਹਾਦਸਾ ਕਿਵੇਂ ਵਾਪਰਿਆ ਜੀ? ਬਰਸਾਤ ਆਈ ਇਸ ਤੰਦਰ ਕੇ ਚਲੇ ਉੱਠ ਕੇ ਜੀ, 10 ਮਿੰਟ ਬਾਅਦ ਹੀ ਆ ਗਿਆ ਨੁਕਸਾਨ, ਤੁਹਾਨੂੰ ਤੁਸੀਂ ਵੇਖ ਲਓ।
ਵਾਸ਼ਿੰਗ ਮਸ਼ੀਨ ਹੈ, ਕੂਲਰ ਹੈ, ਠੀਕ ਹੈ, ਹੋਰ ਸਮਾਨ ਹੈਗੇ ਆ, ਪੇਟੀਆਂ ਪੂਟੀਆਂ, ਮੰਜੇ, ਬੜਾ ਸਮਾਨ ਥੱਲੇ ਪੱਕਾ ਲੈਂਟਰ। ਕਿੰਨਾ ਕੁ ਸਮਾਂ ਪਹਿਲਾਂ ਬਣਾਇਆ ਸੀਗਾ ਇਹ? ਕਿਹਾ ਤੁਹਾਨੂੰ 6-7 ਸਾਲ ਹੋ ਗਏ, 6-7 ਸਾਲ ਛੱਤ ਪਾ ਕੇ ਦੇ ਦੇਣ, ਬੜੀ ਜਾਂਦੀ ਸਾਨੂੰ ਤਾਂ ਰਹਿਣ ਨੂੰ ਜਗ੍ਹਾ ਬਣ ਜਾ ਸਾਡੇ, ਲੱਕੜ ਆ ਦਿਹਾੜੀ ਆ ਜੀ। ਸਵੇਰੇ ਅਸੀਂ ਸੁੱਤੇ ਪਏ ਹੈਗੇ ਸੀਗੇ ਤੇ ਮੀਂਹ ਆਇਆ, ਅਸੀਂ ਬੈਡ ਬੁੱਡ ਇੱਧਰ ਅੰਦਰ ਕਰਕੇ ਗਏ ਹਾਂ ਤੇ ਅੰਦਰ ਜਦੋਂ ਗਏ ਹਾਂ ਤੇ ਇੱਧਰ ਨੂੰ ਆ ਡਿੱਗ ਪਿਆ ਸਾਡਾ ਲੈਂਟਰ, ਨੁਕਸਾਨ ਵੱਧ ਹੋਇਆ। ਇੱਧਰ ਫਰਿੱਜ ਫਰੁੱਜ ਟੁੱਟ ਗਿਆ ਤੇ ਆ ਬੈਡ ਹੈਗਾ ਤੇ ਵਾਸ਼ਿੰਗ ਮਸ਼ੀਨ ਵਗੈਰਾ ਟੁੱਟ ਗਈ, ਫਰਿੱਜ ਕੂਲਰ ਵੀ ਟੁੱਟ ਗਿਆ, ਹੋਰ ਹਜੇ ਲੈ ਕੇ ਆਏ ਸੀ, ਆਈ ਉਹ 15 ਕੁ ਦਿਨ ਹੀ ਹੋਏ ਨੇ ਹਜੇ, ਹੋਰ ਆ ਸੰਦੂਕਾਂ ਵਗੈਰਾ ਹੈਗੀਆਂ ਨੇ ਇਹਦੇ ਵਿੱਚ, ਹਾਂਜੀ ਬਾਂਡੇ ਬੁੰਡੇ ਰੱਖੇ ਨੇ ਉਹ ਵੀ ਟੁੱਟ ਗਏ ਉੱਧਰ। 5:30 ਤੱਕ ਦਾ ਟਾਈਮ ਹੈਗਾ ਸੀ ਤਕਰੀਬਨ, ਪਰਿਵਾਰ ਅੰਦਰ ਹੈਗਾ ਸੀ ਕਮਰੇ ਵਿੱਚ। ਕਿੰਨੇ ਜੀ ਸੀਗੇ? 4 ਜੀ। ਉੱਤੇ ਪਾਣੀ ਪੂਣੀ ਰੁਕਿਆ ਤਾਂ ਨਹੀਂ ਹੋਇਆ ਸੀ, ਆਉਂਦਾ ਹੀ ਪਿਆ ਸੀ ਪਾਣੀ ਤਾਂ, ਪਰ ਜੇ ਮੀਂਹ ਆਇਆ ਨਾਲ ਨਾਲ ਡਿੱਗ ਪਿਆ। ਹੁਣ ਜੀ ਪ੍ਰਸ਼ਾਸਨ ਵੱਲ ਤਾਂ ਆਏ, ਸਾਡੇ ਇੱਧਰ ਗੱਲ ਦੇ ਐਮ ਸੀ ਆਏ ਸੀ ਇੱਕ, ਕਿਹਾ ਤਾਂ ਕੁਛ ਨੂੰ ਵੇਖ ਕੇ ਗਏ ਚਲੇ, ਬਾਕੀ ਕਹਿੰਦੇ ਸੀਗੇ ਵੀ ਡੀ ਸੀ ਦਫ਼ਤਰ ਵਗੈਰਾ ਜਾਣਾ, ਅੰਦਰ ਗਏ ਚਲੋ ਨਾਲ ਨਾਲ ਹੀ ਡਿੱਗ ਗਿਆ। ਇੱਕ ਵਾਰ ਤਾਂ ਹੋਇਆ ਸੀਗਾ ਵੀ ਡਰ ਜਿਹਾ ਲੱਗਿਆ ਜਦੋਂ ਲੈਂਟਰ ਡਿੱਗਿਆ, ਅਤੇ ਅਸੀਂ 10-15 ਮਿੰਟ ਤੋਂ ਬਾਹਰ ਹੀ ਨਹੀਂ ਆਏ, ਇੱਕ ਵਾਰੀ ਬਈ ਹੋਰ ਨਾ ਡਿੱਗੇ, ਤਾਂ ਕਰਕੇ ਡਿੱਗਣ ਤੋਂ ਬਾਅਦ ਬਾਅਦ 'ਚ ਆਏ ਫਿਰ। ਅਤੇ ਸਵੇਰੇ 4:45 ਮੀਂਹ ਆਇਆ ਜੀ, ਅਤੇ ਇਹ ਵਿਚਾਰੇ ਅੰਦਰ ਉੱਠ ਕੇ ਗਏ ਨੇ 5 ਵਜੇ ਤਾਂ 5:10 'ਤੇ ਇਹ ਲੈਂਟਰ ਡਿੱਗ ਪਿਆ ਜੀ, ਅਤੇ ਆਪ ਜਾਣ ਤੋਂ ਸਾਰੇ ਬਚ ਗਏ, ਬਾਕੀ ਇਹਨਾਂ ਜਿੰਨਾ ਵੀ ਸਮਾਨ ਹੈਗਾ ਥੱਲੇ ਸਾਰਾ ਟੁੱਟ ਗਿਆ। ਪ੍ਰਸ਼ਾਸਨ ਇਹ ਮੰਗ ਕਰਨੇ ਵੀ ਇਹਨਾਂ ਦੇ ਵਿਚਾਰਿਆਂ ਦੇ ਕੋਈ ਸਹਾਇਤਾ ਕੀਤੀ ਜਾਵੇ, ਜਮ੍ਹਾਂ ਗਰੀਬ ਨੇ, ਪਾਪਾ ਇਹਨਾਂ ਦਾ ਲੱਕੜ ਦਾ ਕੰਮ ਕਰਦਾ ਮਾੜੀ ਮੋਟੀ ਦਿਹਾੜੀ, ਅਤੇ ਇਹ ਵਿਚਾਰੇ ਸਕੂਲ ਲੱਗੇ ਨੇ। ਹਾਂਜੀ ਕਿਸ਼ਤਾਂ ਦੇ ਇੱਕ ਕੂਲਰ ਲਿਆ ਸੀ ਜੀ, ਵਾਸ਼ਿੰਗ ਮਸ਼ੀਨ ਹੈਗੀ ਸਾਰਾ, ਬਾਕੀ ਥੱਲੇ ਮੰਜਾ ਮੁੰਜਾ ਸਾਰਾ ਕੁਝ ਟੁੱਟ ਗਿਆ ਜੀ, ਜਿੰਨੇ ਭਾਂਡੇ ਸਿਲੰਡਰ ਹੈਗਾ ਗੈਸ ਚੁੱਲ੍ਹਾ ਥੱਲੇ ਆ ਗਿਆ ਜੀ ਸਾਰਾ ਕੁਝ, ਥੱਲੇ 1-2 ਕਿਸ਼ਤਾਂ ਗਈਆਂ ਸਾਰੀਆਂ। ਬਹੁਤ ਮੈਂ ਕਹਿੰਦਾ ਮਾਲਕ ਨੇ ਬਹੁਤ ਰੱਖਿਆ, ਇੱਕੋ ਵਾਰ ਆਵਾਜ਼ ਬਹੁਤ ਤੇਜ਼ ਆਈ ਸੀ ਜਿਹਦਾ ਆਪਦੇ ਅਸੀਂ ਅੰਦਰ ਬੈਠੇ ਭੱਜ ਕੇ ਬਾਹਰ ਆਏ ਸੀ, ਫਿਰ ਆਵਾਜ਼ ਲਗਾਈ, ਫਿਰ ਅੱਗੇ ਵਿਚਾਰੇ ਬੋਲੇ ਕਹਿੰਦੇ ਠੀਕ ਹੈ, ਗੁੜੀਆ ਇਹਨਾਂ ਦੀ ਨਿਕਲੀ ਵਿਚਾਰੀ ਮਿੱਟੀ ਨਾਲ ਬੁਰੇ ਹਾਲ ਸੀ, ਮੁੰਡਾ ਵੀ ਸਾਰੇ ਮੂੰਹ 'ਤੇ ਮਿੱਟੀ ਮਿੱਟੀ ਸਾਰੀ, ਬੁਰੇ ਹਾਲ ਹੋ ਗਏ ਵਿਚਾਰੇ। ਇਹ ਹਵਾ ਭਰ ਗਈ ਜੀ ਅਤੇ ਤੂਫਾਨ ਆਇਆ, ਜਿਵੇਂ ਉੱਤੇ ਪਾਣੀ ਖੜ ਕੇ ਥੱਲੇ ਲੈਂਟਰ ਟੁੱਟ ਗਏ ਜੀ, ਆਪਣੇ ਬਹਿ ਗਏ। ਅੱਛਾ ਜੀ ਜੀ, ਜੇ ਨਾ ਜੇ ਨਿਕਲਦੇ ਬਾਹਰ ਤਾਂ ਇਹ ਵਿਚਾਰੇ ਸਾਰਿਆਂ ਨੇ ਜੀਆਂ ਨੇ, ਇਹਨਾਂ ਨੇ ਬਹੁਤ ਸੱਟਾਂ ਵੱਜਣੇ, ਬਹੁਤ ਬੁਰੇ ਹਾਲ ਹੋ ਜਾਣੇ ਸੀ ਵਿਚਾਰਿਆਂ ਦੇ। ਮਾਲਕ ਰੱਖ ਗਿਆ ਪ੍ਰਸ਼ਾਸਨ ਤੋਂ ਇਹ ਮਨ ਹੈ, ਡੀ ਸੀ ਤੋਂ ਸਾਰਿਆਂ ਤੋਂ ਵੀ ਇਹਨਾਂ ਦੀ ਸਹਾਇਤਾ ਕੀਤੀ ਜਾਵੇ, ਗਰੀਬ ਹੈਗੇ ਨੇ ਸਾਰੇ ਜੀ। ਅੱਛਾ ਕੀ ਨਾਂ ਜੀ ਆਪਣਾ? ਸਤਨਾਮ ਸਿੰਘ ਜੀ। ਠੀਕ ਹੈ। ਮੈਂ ਸਵੇਰੇ ਅੰਦਰ ਸੀਗੀ ਅਤੇ ਮੈਂ ਵੇਖਿਆ ਮੰਮਾ ਪਾਪਾ ਵਾਰੀ ਅੰਦਰ ਆਏ ਅਤੇ ਬਾਹਰ ਇੱਕੋਦਮ ਨਾਲ ਖੜਕਾ ਆਇਆ, ਮੈਂ ਵੇਖਿਆ ਕਿ ਛੱਤ ਸਾਰੀ ਡਿੱਗੀ ਪਈ ਹੈ, ਨਾਲੇ ਸਾਰਾ ਸਮਾਨ ਟੁੱਟ ਗਿਆ, ਵਾਸ਼ਿੰਗ ਮਸ਼ੀਨ ਕੂਲਰ ਹਜੇ ਹੀ ਲਿਆ ਸੀਗਾ ਨਵਾਂ, ਇਹਨਾਂ ਦੀ ਹਜੇ ਕਿਸ਼ਤ ਜਾਣੀ ਹੈ ਹੁਣ, ਅਤੇ ਨਾਲ ਸਾਰੇ ਸੰਦੂਕ ਗੈਸ ਗੂਸ ਸਾਰਾ ਕੁਛ ਟੁੱਟ ਗਿਆ ਜੀ, ਬਰਸਾਤ ਇੱਕੋਦਮ ਨਾਲ ਆਈ ਸੀਗੀ ਅਤੇ ਉਹ ਉਵੇਂ ਡਿੱਗ ਗਿਆ। ਮੰਮਾ ਸਕੂਲੇ ਲੱਗੇ ਹੋਏ ਆ, ਠੀਕ ਹੈ, ਪੀਣ ਅਤੇ ਪਾਪਾ ਦਿਹਾੜੀ 'ਤੇ ਕੰਮ ਕਰਦੇ ਨੇ ਜੀ, ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸਾਡੀ ਹੈਲਪ ਕਰਨ। ਕੀ ਨਾਂ ਬੇਟਾ? ਸੋਨਮ।